ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਈ ਜਿਹੜੇ ਇੱਥੇ ਹੈਗੇ ਟਰੈਵਲ ਏਜੰਟਸ ਆ ਵਿਦਆਊਟ ਲਾਇਸੈਂਸ ਕੰਮ ਕਰ ਰਹੇ ਆ ਉਹਨਾਂ ਵਿੱਚ ਏਅਰ ਟਿਕਟਸ ਵਾਲਾ ਕੰਮ ਵੀ ਹੈ ਵੀਜ਼ਾ ਵਾਲਾ ਵੀ ਆਈਲੈਟ ਸੈਂਟਰ ਵਾਲਾ ਵੀ ਅਤੇ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਦਾ ਵੀ ਅਤੇ ਉਹ ਉੱਤੇ ਇਨਫੋਰਮੇਸ਼ਨ ਦੇ ਮੁਖਬਰੀ 'ਤੇ ਅਸੀਂ ਕੇਸ ਰਜਿਸਟਰ ਕੀਤਾ ਬਾਈ ਨੇ ਅਤੇ ਉਸ ਤੋਂ ਬਾਅਦ ਅਸੀਂ ਫਿਰ ਟੀਮਸ ਬਣਾ ਕੇ ਅੱਗੇ ਰੇਡ ਕੀਤੀ ਹੈ ਜਿਹਦੇ ਵਿੱਚ ਟੀਮ ਹਰ ਟੀਮ ਨੂੰ ਇੱਕ ਐਸ ਡੀ ਐਮ ਸਾਹਿਬ ਪੀ ਸੀ ਐੱਸ ਔਫਿਸਰ ਅਤੇ ਡੀ ਐੱਸ ਪੀ ਸਾਹਿਬ ਦੇ ਇੱਕ ਨਾਲ ਐੱਸ ਐੱਚ ਓ ਲੈਵਲ ਦੇ ਔਫਿਸਰ ਲੀਡ ਕਰ ਰਹੇ ਸੀਗੇ ਨਾਲ ਉਹਨਾਂ ਦੀ ਟੀਮ ਸੀਗੀ ਉਹਨਾਂ ਨੂੰ ਫਿਰ ਵੱਖ ਵੱਖ ਥਾਵਾਂ 'ਤੇ ਰੇਡ ਕੀਤੀ ਉੱਥੋਂ ਬੰਦਿਆਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਤੋਂ ਕੁਛ ਰਿਕਵਰੀਜ਼ ਵੀ ਹੋਈਆਂ ਕਿੰਨੇ ਕੁ ਬੰਦੇ ਅਰੈਸਟ ਕੀਤੇ ਸਰ ਮਤਲਬ ਕਿੰਨੇ ਕੁ ਬੰਦੇ ਟੋਟਲ ਕਿੰਨੇ ਕੁ ਅਰੈਸਟ ਹੋਏ ਨੇ ਕੁਛ ਐਸਟੀਮੇਸ਼ਨ ਅਰਾਊਂਡ 1920 ਹੈਗੇ ਆ ਹਾਲੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਤਾਂ ਕਿੰਨੇ ਲੋਕਾਂ 'ਤੇ ਮਾਮਲਾ ਦਰਜ ਹੋ ਚੁੱਕਾ ਸਰ ਮਤਲਬ ਕੋਈ ਅਰਾਊਂਡ 1920 ਜਿਹੜੇ ਹੈਗੇ ਨੇ ਬਾਕੀ ਅਸੀਂ ਹਾਲੇ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਉੱਥੇ ਆਫਿਸਿਸ 'ਚ ਬੈਠੇ ਕਿ ਮੈਨੇਜਰਸ ਹੈ ਜਾਂ ਅਸਲ ਮਾਲਕ ਹੈ ਸਰ ਟੋਟਲ ਕਿੰਨੀ ਟੀਮ ਤਿਆਰ ਹੈ ਪੁਲਿਸ ਦੀ ਕਿੰਨੇ ਟੀਮਾਂ ਅਰਾਊਂਡ 5 ਟੀਮਾਂ ਸੀਗੀਆਂ ਜੀ ਹਰ ਟੀਮ ਲਗਾ ਲਓ 10-10 ਬੰਦੇ ਠੀਕ ਹੈ ਅਤੇ ਹੁਣ ਤੱਕ ਮਾਮਲਾ ਕਿੰਨੇ ਲੋਕਾਂ 'ਤੇ ਦਰਜ ਹੋ ਚੁੱਕਾ ਸਰ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਹਾਲੇ ਅਸੀਂ ਵਰਕਆਊਟ ਕਰ ਰਹੇ ਹਾਂ ਸਾਰਾ ਠੀਕ ਹੈ ਦੂਸਰਾ ਇੱਕ ਇੰਪੋਰਟੈਂਟ ਸਵਾਲ ਹੈ ਬਾਹਰ ਲੋਕ ਕਹਿ ਰਹੇ ਹੈਗੇ ਕਿ ਜਿਹਨਾਂ ਲੋਕਾਂ ਦਾ ਲਾਇਸੈਂਸ ਆਲਰੇਡੀ ਵੇਟਿੰਗ ਹੈ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੁਣ ਜਿਹਦਾ ਪ੍ਰੋਸੈਸ਼ਨ 2 ਸਾਲ ਫੋਰ ਐਗਜ਼ਾਮਪਲ ਲਾਇਸੈਂਸ ਨਾ ਦਵੇ ਤਾਂ 2 ਸਾਲ 'ਤੇ ਉਹ ਕੰਮ ਕਰਨਗੇ ਲਾਇਸੈਂਸ ਪ੍ਰੋਸੈਸ਼ਨ ਵੱਲੋਂ ਪੈਂਡਿੰਗ ਹੈ ਤਾਂ ਉਹਨਾਂ ਨੂੰ ਕਿਸ ਬੇਸ 'ਤੇ ਅਰੈਸਟ ਕੀਤਾ ਹੋਇਆ ਸਰ ਨਹੀਂ ਲਾਇਸੈਂਸ ਪੈਂਡਿੰਗ ਅਪਲਾਈ ਕਰਤਾ ਅਤੇ ਲਾਇਸੈਂਸ ਮਿਲ ਜਾਣਾ ਬਹੁਤ ਅਲੱਗ ਅਲੱਗ ਵੱਖਰੀ ਚੀਜ਼ ਟੂ ਵੀ ਵੈਰੀ ਕਲੀਅਰ ਲਾਅ ਇਹ ਨਹੀਂ ਕਹਿੰਦਾ ਕਿ ਤੁਸੀਂ ਲਾਇਸੈਂਸ ਅਪਲਾਈ ਕਰਕੇ ਤੁਸੀਂ ਕੰਮ ਕਰ ਸਕਦੇ ਹੋ ਯਾਨੀ ਕਿ ਜਦ ਤੱਕ ਲਾਅ ਇਹ ਕਹਿੰਦਾ ਕਿ ਜਦੋਂ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਉਸ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ ਸੇਮ ਜਿਵੇਂ ਕਿ ਆਮ ਲਾਇਸੈਂਸ ਹੈ ਉਹ ਆਪਾਂ ਇਹ ਕਹਿੰਦੇ ਹਾਂ ਕਿ ਆਮ ਲਾਇਸੈਂਸ ਅਪਲਾਈ ਕਰਦਾ ਤਾਂ ਮੈਂ ਉਸ ਬੰਦਾ ਵੈਪਨ ਨਹੀਂ ਖਰੀਦ ਲੈਂਦਾ ਜਦ ਨੂੰ ਆਮ ਲਾਇਸੈਂਸ ਮਿਲ ਜਾਂਦਾ ਉਸ ਤੋਂ ਬਾਅਦ ਵੈਪਨ ਖਰੀਦਦਾ ਸੇਮ ਕੇਸ ਹੈ ਇਹ ਇਹਨਾਂ ਦੀ ਜਿਹੜੀ ਦਲੀਲ ਹੈ ਉਹ ਗਲਤ ਹੈ ਅਗੇਂਸਟ ਦਾ ਐਕਟ ਹੈ ਬੇਸਿਕਲੀ ਠੀਕ ਹੈ ਸਰ ਸਰ ਜਿਹੜੇ ਅਰੈਸਟ ਹੋਏ ਨੇ ਆਪਾਂ ਜਿਹੜੇ ਉਹਨੂੰ ਲਿਆ ਆਪਾਂ ਉਸ ਕੇਸ ਦੇ ਲਈ ਇਹਨਾਂ 'ਚ ਸਾਰੇ ਇੰਪਲੋਇਰ ਨੇ ਕਿ ਓਨਰ ਵੀ ਕੁਛ ਓਨਰ ਵੀ ਹੈ ਕੁਛ ਇੰਪਲੋਇਰਸ ਹੈ ਔਰ ਜਿਹਨਾਂ ਦੇ ਸਰ ਅਗਰ ਇੰਪਲੋਇਰ ਤੁਹਾਡੇ ਕੋਲ ਇੱਥੇ ਹੈਗੇ ਨੇ ਕਸਟਡੀ 'ਚ ਨੇ ਔਰ ਅਗਰ ਓਨਰ ਨਹੀਂ ਹੈ ਤਾਂ ਫਿਰ ਅਸੀਂ ਫਿਰ ਓਨਰ ਤੇ ਕੇਸ ਰਜਿਸਟਰ ਕਰਾਂਗੇ ਤੇ ਇੰਪਲੋਇਰ ਨੂੰ ਅਰੈਸਟ ਕਰਕੇ ਅਰੈਸਟ ਨਹੀਂ ਕੀਤਾ ਜਾਏਗਾ ਨਹੀਂ ਉਹ ਵੈਰੀਫਾਈ ਕਰਾਂਗੇ ਹਾਲੇ ਉਹ ਇੰਪਲੋਇਰ ਦਾ ਕੀ ਰੋਲ ਹੈ ਅਗਰ ਉਹਦਾ ਕੋਈ ਨਹੀਂ ਰੋਲ ਹੋਏਗਾ ਤਾਂ ਫਰਕ ਕਰਾਂਗੇ ਅਦਰਵਾਈਜ਼ ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਰੋਲ ਪੈ ਜਾਂਦਾ ਤਾਂ ਉਹ ਵੀ ਕਰ ਲਈਏ ਬਿਲਕੁਲ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ